अस्सलाम वालेकुम व्यूअर्स, उम्मीद करता हूँ आप सब खैर वाफियत से होंगे। मैं हूँ जुनैर अशरफ और आज ये इनके वीडियो का टॉपिक है, क्या बकरियों को चराई पे इनके फार्मिंग की जा सकती है? अगर की जा सकती है तो वो कौन से तरीके हैं जिससे की जा सकती है? इसके फ़ायदे और नुकसान इंशाल्लाह इस वीडियो में आपको बताएँगे। माल माशाल्लाह आपको नज़र आ रहा होगा, रमज़ान भाई का माल है। इनकी पहले भी 2 से 3 वीडियोज़ इस चैनल पर एक आ चुकी है, दूसरे चैनल पर 2 से 3 आ चुकी हैं, ठीक है? तो उनसे भी बात करेंगे इसी टॉपिक पर। अभी उनका माल चराई कर रहा है तो टॉपिक भी वीडियो का यही है, इनसे मज़ीद ना इसी टॉपिक पर डिस्कशन करते हैं। तो चले वीडियो स्टार्ट करते हैं। अस्सलाम वालेकुम रमज़ान भाई। वालेकुम सलाम, क्या हाल है सर? ठीक ठाक अल्हम्दुलिल्लाह। अल्लाह तक करम है। रमज़ान भाई एक मिनट रुके जो बस। अच्छा रमज़ान भाई, बकरियाँ तुम फार्म पर रखते या चराई कराते? चराई करा रहे सर अजकल, ठीक है। रमज़ान भाई दोस्त ज़्यादा पुछते होंगे चराई तो कि एक दिन का खर्चा आ जाता बाहर फार्म चराई करा के? ਬਾਅਦ ਚਰਾਈ ਤੇ ਸਾਡਾ ਕੋਈ ਨਹੀਂ ਖਰਚਾ ਹੁੰਦਾ, ਸਰਦੀ ਜੀ ਹੁੰਦਾ ਸਾਡਾ, ਠੀਕ ਹੈ, ਗਰਮੀ ਚ ਕੋਈ ਖਰਚਾ ਨਹੀਂ ਹੁੰਦਾ, ਕੋਈ ਖਰਚ ਨਹੀਂ ਹੁੰਦਾ। ਅੱਛਾ ਜੀ, ਹੁਣ ਇਸ ਮਹੀਨੇ ਆਪਾਂ ਜੀ ਸਾਰਾ ਮਹੀਨਾ ਚਰਾਈ ਕਰਾਈ, ਆਪਣਾ ਕੋਈ ਖਰਚ ਨਹੀਂ ਆਇਆ ਬੱਕਰੀਆਂ ਤੇ 1 ਮਹੀਨੇ ਦਾ ਤੁਸੀਂ ਦੁੱਧ ਕਿੰਨੇ ਦਾ ਸੇਲ ਕੀਤਾ? 1 ਦਿਨ ਦਾ ਚਲੋ ਦੱਸ ਦਿਓ ਕਿੰਨਾ ਕੁ ਦੇ ਰਹੇ ਹੋ? 1 ਦਿਨ ਦਾ ਹੁੰਦਾ ਮੰਨ ਕੇ 2400-2500 ਦਾ ਦੁੱਧ ਇੱਕ ਦਿਨ ਸੇਲ ਕਰੀ। 1 ਦਿਨ ਦਾ 2400-2500 ਦਾ, ਜੀ ਜੀ। ਤੇ ਅਗਰ ਮਹੀਨੇ ਦੀ ਗੱਲ ਕਰੀਏ, ਗੱਲ ਪਹੁੰਚ ਜਾਂਦੀ 70 ਤੋਂ 75 ਹਜ਼ਾਰ ਤੇ ਦੁੱਧ ਦੀ, ਠੀਕ ਹੈ ਨਾ? ਤੇ ਇਹ ਮੀਨ ਕਿ ਫਰੀ ਦੇ ਬੰਦੇ ਨੇ ਕਮਾਇਆ? ਮਿਹਨਤ ਨਾ, ਸਿਰਫ ਮਿਹਨਤ ਨਾ, ਮਿਹਨਤ ਇਹ ਹੈ ਕਿ ਤੁਸੀਂ ਧੁੱਪੇ ਸੜਨਾ ਪੈਂਦਾ, ਬਿਲਕੁਲ ਧੁੱਪੇ ਸਾਰਾ ਦਿਨ ਬਾਹਰ। ਹਾਂਜੀ ਬਿਲਕੁਲ। ਅੱਛਾ ਜੀ, ਤੇ ਚਰਾਈ ਤੇ ਸਰ ਬੱਕਰੀਆਂ ਨੂੰ ਬਾਹਰ ਕੀ ਅੱਜ ਕੱਲ ਕੀ ਮਿਲ ਰਿਹਾ? ਅੱਜ ਕੱਲ ਪੱਠੇ ਮਿਲ ਰਹੇ, ਚਰੀ ਦੇ ਵੀ ਆ, ਬਰਸੀਨ ਵੀ ਹੈਗੀ ਆ, ਦਾਣੇ ਸ਼ਾਣੇ ਦਾ, ਕਣਕ ਦੇ ਮਿਲ ਰਹੇ ਆ। ਠੀਕ ਹੈ ਜੀ। ਅੱਛਾ, ਤੇ ਜੋ ਸ਼ਾਮ ਨੂੰ ਤੁਸੀਂ ਬੱਕਰੀਆਂ ਘਰ ਲੈ ਕੇ ਜਾਂਦੇ, ਚਰਾਈ ਤੋਂ ਇਲਾਵਾ ਕੋਈ ਦਾਣਾ ਦੂਣਾ ਪਾਉਂਦੇ ਜੀ? ਨਹੀਂ, ਅਸੀਂ ਨਹੀਂ ਦਾਣਾ ਦੂਣਾ ਪਾਉਂਦੇ। ਸਿਰਫ ਬਾਹਰ ਦੀ ਚਰਾਈ ਤੇ ਜੀ? ਠੀਕ ਹੈ ਜੀ। ਤੁਹਾਨੂੰ ਲੱਗਦਾ ਕਿ ਬੰਦਾ ਬੱਕਰੀ ਸਿੰਪਲ ਬਾਹਰ ਦੀ ਚਰਾਈ ਤੇ ਇੱਕ ਮੀਨ ਕੇ ਫਾਰਮ ਖੋਲ ਸਕਦਾ ਜੀ? ਖੋਲ ਸਕਦਾ। ਠੀਕ ਹੈ ਜੀ। ਤੇ ਫਾਰਮ ਦੀ ਬਾਹਰ ਦੀ ਚਰਾਈ ਦੇ ਜਿਹੜੀ ਚੀਜ਼ ਤੁਹਾਨੂੰ ਮਾੜੀ ਲੱਗਦੀ ਹੋਵੇ ਕਿ ਆਹ ਚੀਜ਼ ਮੀਨ ਕੇ ਸਾਨੂੰ ਥੋੜਾ ਜ਼ਿਆਦਾ ਤੰਗ ਕਰਦੀ ਹੈ, ਮੀਨ ਕੇ ਧੁੱਪ ਹੋ ਗਈ ਜ਼ਿਆਦਾ, ਮੀਨ ਕੇ ਮੁਸ਼ਕਲ ਜ਼ਿਆਦਾ ਨਾ ਥੋੜੀ ਜੀ? ਜੀ, ਗਰਮੀ। ਗਰਮੀ ਜ਼ਿਆਦਾ ਜੀ, ਠੀਕ ਆ। ਬਾਕੀ ਮੀਨ ਕੇ ਸਿੰਪਲ ਹਰ ਚੀਜ਼ ਲੱਭਦੀ ਆਪਣੇ ਇਲਾਕੇ 'ਚ? ਹਰ ਚੀਜ਼ ਲੱਭਦੀ। ਠੀਕ ਆ ਜੀ। ਅੱਛਾ ਜੀ, ਦਰਖਤਾਂ ਦੇ ਵਿੱਚੋਂ ਬੱਕਰੀਆਂ ਚਰਾਈ ਬਾਹਰ ਕਰਾਉਣ ਜਾਂਦੇ ਤੁਸੀਂ, ਤੇ ਬੱਕਰੀਆਂ ਕਿਹੜੇ ਦਰਖਤ ਪਸੰਦ ਕਰਦੀਆਂ ਖਾਣਾ? ਤੂਤ ਹੋ ਗਿਆ, ਦਰੇਕ ਹੋ ਗਿਆ, ਕਿੱਕਰ ਹੋ ਗਿਆ। ਠੀਕ ਹੈ ਜੀ। ਦਰਖਤ ਬਹੁਤ ਪਸੰਦ ਕਰਦੀਆਂ? ਇਹ ਪਸੰਦ ਕਰਦੀਆਂ ਜੀ, ਠੀਕ। ਅੱਛਾ, ਜਾਨਵਰ ਜ਼ਿਆਦਾ ਮੋਟਾ ਫਾਰਮ ਵਾਲਾ ਹੁੰਦਾ ਹੈ ਜਾਂ ਚਰਾਈ ਵਾਲਾ? ਫਾਰਮ ਵਾਲਾ। ਫਾਰਮ ਵਾਲਾ ਜਾਨਵਰ ਮੋਟਾ ਹੁੰਦਾ ਹੈ ਕਿਉਂਕਿ ਇੱਕ ਜਗ੍ਹਾ ਤੇ ਖੜਾ ਰਹਿਣਾ, ਦਾਣਾ ਛਾਣਾ ਉਹਨੇ ਖਾਣਾ ਵਾ, ਹਾਂਜੀ, ਇਸ ਵਜ੍ਹਾ ਤੋਂ ਮੋਟਾ ਹੁੰਦਾ ਹੈ। ਠੀਕ ਹੈ ਜੀ। ਬੱਕਰੀਆਂ ਚਲੋ ਜੀ ਮੰਨ ਲਿਆ ਚਰਾਈ ਵਾਲੀਆਂ ਥੋੜੀਆਂ ਜਿਹੀਆਂ ਮਾੜੀਆਂ ਹੋ ਸਕਦੀਆਂ ਨੇ। ਅੱਛਾ, ਅਗਰ ਬਿਮਾਰੀ ਵਗੈਰਾ ਲੱਗ ਜਾਏ ਜਾਨਵਰ ਨੂੰ, ਕਿਉਂਕਿ ਹੁੰਦਾ ਹੀ ਹੈ ਮਾਲ 'ਚ, ਹਾਂਜੀ ਹੋ ਜਾਂਦਾ, ਹੋ ਜਾਂਦਾ, ਤੇ ਫਾਰਮ ਵਾਲਾ ਜਾਨਵਰ ਜ਼ਿਆਦਾ ਮੀਨ ਕਿ ਉਹਦੇ ਖਿਲਾਫ ਫਾਈਟ ਕਰ ਸਕਦਾ ਜਾਂ ਦੂਸਰਾ ਚਰਾਈ ਵਾਲਾ? ਚਰਾਈ ਵਾਲਾ ਬਾਹਰ ਫਿਰਨ ਤੁਰਨ ਵਾਲਾ ਜਾਨਵਰ। ਫਿਰਨ ਤੁਰਨ ਵਾਲਾ ਜੀ, ਕਿਉਂਕਿ ਉਹਦੀ ਕੁਵਤ ਮੁਦਾਫੀ ਜ਼ਿਆਦਾ, ਉਹ ਵੈਸੇ ਮੀਨ ਕਿ ਉਹ ਕਾਫੀ ਸਖਤ ਹੁੰਦਾ ਜਾਨਵਰ। ਠੀਕ ਹੈ ਜੀ। ਅੱਛਾ, ਤੇ ਦੁੱਧ ਬੱਕਰੀ ਦਾ ਤੁਸੀਂ ਸੇਲ ਆਖਿਆ ਕਰਦੇ ਤੇ ਕੀ ਹਿਸਾਬ ਕਿਤਾਬ ਨੂੰ ਕਰ ਰਹੇ ਜੀ ਅੱਜ ਕੱਲ੍ਹ? ਸੱਤਰ ਰੁਪਏ ਕਰ ਰਹੇ ਜੀ, ਮਾਸ਼ਾਅੱਲਾ, ਠੀਕ ਆ। ਅੱਛਾ, ਚਰਾਈ ਕਰਾਉਣ ਨਾਲ ਬੱਕਰੀਆਂ ਦੇ ਫਰਜ਼ ਕੀਤਾ ਬੱਕਰੀ ਲਵਾਈ ਆ ਤੁਸੀਂ, ਤੇ ਉਹਦਾ ਕੋਈ ਨੁਕਸਾਨ ਵਗੈਰਾ ਤਾਂ ਨਹੀਂ ਹੁੰਦਾ ਅੰਦਰ ਬੱਚਿਆਂ ਨੂੰ ਪੇਟ 'ਚ ਚਰਾਈ ਕਰਾਉਣ ਨਾਲ? ਬਿਲਕੁਲ ਈਜ਼ੀ ਰਹਿੰਦੇ ਆ, ਠੀਕ ਆ ਜੀ। ਅੱਛਾ, ਹੁਣ ਚਰਾਈ ਤੋਂ ਇਲਾਵਾ ਦੇਖੋ ਗਰਮੀ ਦਾ ਮੌਸਮ ਹੈ ਅੱਜ ਕੱਲ੍ਹ, ਤੇ ਜਾਨਵਰ ਹੁਣ ਤਾਂ ਚਰਾਈ ਕਰਾਉਣਗੇ, ਤੁਸੀਂ ਚਰਾਈ ਬੱਕਰੀਆਂ ਕਰੋ ਕਿੰਨੇ ਵਜੇ ਕੱਢਦੇ ਜੀ? ਸੁਬਾ 7 ਵਜੇ ਕੱਢੀਆਂ, ਤੇ ਚਰਾਉਂਦੇ ਫਿਰ ਕਿੰਨੀ ਦੇਰ ਜੇ? 10-11 ਵਜੇ ਤੱਕ, ਬਾਅਦ 'ਚ ਬੈਠੀਆਂ ਰਹਿੰਦੀਆਂ ਦੁਪਹਿਰ ਸਾਰੀ। ਅੱਛਾ, ਬਾਅਦ 'ਚ ਰੈਸਟ ਟਾਈਮ ਹੁੰਦਾ ਜੀ ਉਹਨਾਂ ਦਾ, ਤੇ ਉਸ ਤੋਂ ਬਾਅਦ ਫਿਰ ਕਿੰਨੇ ਵਜੇ ਉਠਾਉਂਦੇ ਜੀ? 3 ਵਜੇ ਉਠਾਉਂਦੇ ਜੀ, ਠੀਕ ਹੈ ਜੀ। ਤੇ 3 ਵਜੇ ਤੋਂ ਲੈ ਕੇ ਫਿਰ ਘਰ ਸ਼ਾਮ ਕਿਸ ਟਾਈਮ ਜਾਂਦੇ? ਸ਼ਾਮ 7:30 ਦੇ ਕੋਲ, ਠੀਕ ਹੋ ਗਿਆ ਸਰ, ਠੀਕ ਹੈ ਸਰ। ਤੇ ਘਰ ਜਾ ਕੇ ਵੀ ਇਹਨਾਂ ਨੂੰ ਮੀਨ ਕੇ ਤੁਸੀਂ ਕੁਛ ਨਹੀਂ ਪਾਉਂਦੇ, ਸਿਰਫ ਮੀਨ ਕੇ ਇਹਦੀ ਚਰਾਈ ਅਤੇ ਬੱਕਰੀਆਂ ਤੁਹਾਡੀ ਹਾਲਤ ਹੈ, ਠੀਕ ਹੈ ਸਰ। ਅੱਛਾ ਰਮਜ਼ਾਨ ਭਾਈ, ਹੋਰ ਕੋਈ ਗੱਲ ਤੁਸੀਂ ਸਾਡੇ ਨਾਲ ਸ਼ੇਅਰ ਕਰਨਾ ਚਾਹੋ ਇੱਦਾਂ ਦੀ, ਮੀਨ ਕਿ ਚਰਾਈ ਦਾ ਫਾਇਦਾ ਹੀ ਚਲੋ ਕੋਈ ਦੱਸ ਦਿਓ ਸਾਨੂੰ, ਕੋਈ ਤੁਹਾਡੇ ਇਲਮ 'ਚ ਹੋਵੇ ਜਾਂ। ਅੱਛਾ, ਤੁਸੀਂ ਇਹ ਦੱਸੋ, ਚਰਾਈ ਬਾਹਰ ਕਰਾਉਣ ਜਾਂਦੇ ਆਪਣੇ ਇਲਾਕੇ ਤੋਂ ਬਾਹਰ? ਜੀ, ਜਾਈਦਾ। ਕੀ ਖਵਾਉਣ ਜਾਂਦੇ ਨਰਮਾ, ਕੀ ਹਿਸਾਬ ਤੋਂ? ਕੀ ਨਰਮਾ ਹੋਵੇ, ਮਟਰ ਸ਼ਟਰ ਹੋਣ, ਜਿੱਦਾਂ ਦੀ ਫਸਲ ਮੁੱਲ ਲਈ ਉਹ ਬਾਹਰ ਫਿਰ ਜਾਈਦਾ ਵਾ, ਉੱਥੇ ਮੀਨ ਕਿ ਚਰਾਈ ਕਰਵਾਉਣ ਜਾਂਦੇ? ਠੀਕ ਆ, ਠੀਕ। ਹਾਂ, ਮੀਨ ਕਿ ਕਿਹੜੇ ਕਿਹੜੇ ਬਾਹਰੋਂ ਸ਼ਹਿਰ ਜਾਂਦੇ ਜੀ, ਸਿਰਫ ਇੱਥੇ ਆਪਣੇ ਪਿੰਡਾਂ ਤੱਕ ਹੀ ਜਾਂਦੇ? ਸ਼ਹਿਰ ਨਹੀਂ ਜਾਂਦੇ, ਠੀਕ ਆ ਜੀ। ਅੱਛਾ, ਸਰਦੀਆਂ 'ਚ ਵੀ ਚਲੋ ਥੋੜ੍ਹੀ ਬਹੁਤ ਗੱਲ ਹੋਣ ਤਾਂ ਲੱਗ ਗਈ, ਦੱਸ ਦਿਓ ਸਰਦੀਆਂ ਦੇ ਵਿੱਚ ਬੱਕਰੀਆਂ ਨੂੰ ਬਾਹਰ ਚਰਾਈ 'ਤੇ ਕਿਹੜੀ ਕਿਹੜੀ ਚੀਜ਼ ਮਿਲਦੀ ਹੈ ਜੀ? ਸਰਦੀ ਨੂੰ ਮਿਲਦੇ ਦਰਖਤਾਂ ਦੇ ਪੱਤੇ ਛੱਤੀ ਹੋ ਗਏ, ਹਰੇ ਪੱਠੇ, ਬਰਸੀਨ ਹੋ ਗਈ, ਠੀਕ ਆ ਜੀ, ਇਹ ਮਿਲਦੀ। ਤੇ ਇਹ ਮਟਰੀ ਵਗੈਰਾ ਤੇ ਆਲੂ ਬੱਕਰੀਆਂ ਖਾ ਲੈਂਦੀਆਂ ਨੇ ਜੀ? ਖਾ ਲੈਂਦੀਆਂ, ਠੀਕ ਹੈ ਜੀ। ਇਸ ਤੋਂ ਇਲਾਵਾ ਬੱਕਰੀਆਂ ਨੂੰ ਮੀਨ ਕੇ ਜਿਹੜੇ ਸ਼ਹਿਰਾਂ 'ਚ ਅੱਜ ਕੱਲ੍ਹ ਲੋਕ ਹੁੰਦੇ ਨੇ, ਉਹ ਸਬਜ਼ੀਆਂ ਵਗੈਰਾ ਵੀ ਇਸਤੇਮਾਲ ਕਰ ਸਕਦੇ ਨੇ ਜੀ? ਕਰ ਸਕਦੇ, ਅੱਛੇ ਤਰੀਕੇ ਨਾਲ, ਕਿ ਅੱਛੀ ਖੁਰਾਕ ਆ ਵੀ ਇੱਕ, ਅੱਛੀ ਖੁਰਾਕ, ਠੀਕ ਹੈ ਜੀ। ਅੱਛਾ ਰਮਜ਼ਾਨ ਭਾਈ, ਦੁੱਧ ਬੱਕਰੀਆਂ ਦੇ ਬੱਚਿਆਂ ਨੂੰ ਕਿੰਨੀ ਕੁ ਦੇਰ ਤੱਕ ਤੁਸੀਂ ਪਿਲਾਉਂਦੇ ਜੀ? 3 ਮਹੀਨੇ ਤੱਕ। 3 ਮਹੀਨੇ ਤੱਕ, ਕਮ ਅਜ਼ ਕਮ? ਕਮ ਅਜ਼ ਕਮ, ਠੀਕ ਹੈ ਜੀ। ਤੇ ਬਰੀਡਰ ਬੱਕਰੇ ਤੁਸੀਂ, ਬੱਕਰੀਆਂ ਆਪਣੇ ਕੋਲ ਇਸ ਟਾਈਮ ਕਿੰਨੀਆਂ ਨੇ ਜੀ? 100 ਫਿਰਦੀ 100 ਕਿੰਨੇ ਬੱਕਰੇ ਵਿੱਚ ਬਰੀਡਰ ਫਿਰ ਰਹੇ ਆ ਜੀ? ਬੱਕਰੇ ਇੱਕ ਇੱਥੇ ਫਿਰ ਰਿਹਾ, 2 ਸਾਡੇ ਸ਼ਹਿਰ ਤੇ ਗਏ ਹੋਏ ਆ।
ਅੱਛਾ ਰਮਜ਼ਾਨ ਭਾਈ, ਜਦੋਂ ਤੁਸੀਂ ਕ੍ਰਾਸਿੰਗ ਕਰਵਾਉਣੀ ਆ, ਹਾਂਜੀ, ਤੇ ਕਿੰਨੇ ਬੱਕਰੇ ਮਾਲ ਦੇ ਵਿੱਚ ਮੌਜੂਦ ਹੋਣਗੇ? 2 ਜਾਂ 3 ਹੁੰਦੇ ਸਾਡੇ ਮਾਲ। ਠੀਕ ਹੈ, ਮੀਨ ਕਿ 100 ਬੱਕਰੀਆਂ ਲਈ 3 ਬੱਕਰੇ ਕਾਫੀ ਨੇ? ਕਾਫੀ ਕਾਫੀ। ਠੀਕ ਹੈ ਜੀ। ਅੱਛਾ ਵਿਊਅਰਸ, ਵੀਡੀਓ ਕਾਫੀ ਮੀਨ ਕਿ ਇਨਫੋਰਮੇਟਿਵ ਔਰ ਇੰਟਰਸਟਿੰਗ ਥੀ। ਰਮਜ਼ਾਨ ਭਾਈ ਨੇ ਕਾਫੀ ਚੀਜ਼ਾਂ ਮੀਨ ਕਿ ਜੋ ਚਰਾਈ ਕੇ ਲਈ ਫੇਵਰੇਬਲ ਹੋਤੀ ਹੈ ਵੋ ਬਤਾਈ ਹੈ। ਬਾਕੀ ਫਾਰਮ ਕਾ ਇਹਨਾਂ ਨੇ ਕੋਈ ਨੁਕਸਾਨ ਤਾਂ ਨਹੀਂ ਬਤਾਇਆ, ਲੇਕਿਨ ਚਰਾਈ ਕੇ ਫਾਇਦ ਵਗੈਰਾ ਬਤਾਏ ਕਿ ਆਪ ਚਰਾਈ ਕਰਵਾ ਕੇ ਵੀ ਨਾ ਜਾਨਵਰੋਂ ਕੀ ਅੱਛੀ ਕੇਅਰ ਕਰ ਸਕਤੇ ਹੈ। ਤੋ ਚਲੇ ਵੀਡੀਓ ਐਂਡ ਕਰਤੇ ਹੈ। ਅੱਛਾ ਰਮਜ਼ਾਨ ਭਾਈ, ਚਲੋ ਕੋਈ ਦੋਸਤ ਤੁਹਾਡੇ ਕੋਈ ਨਾ ਕੋਈ ਗੱਲ ਅੱਛੀ ਪੁੱਛਣ ਲਈ, ਕਿਉਂਕਿ ਤੁਸੀਂ ਤਾਂ ਚਰਵਾਹੇ ਜੇ, ਨਵਾਂ ਬੰਦਾ ਤੁਹਾਡੇ ਕੋਲ ਪੁੱਛ ਲੈਂਦਾ, ਆਪਣਾ ਨੰਬਰ ਇੱਕ ਦਫਾ ਬੋਲ ਦਿਓ। 0348 23 55 140 140। ਠੀਕ ਹੈ ਸਰ, ਬਹੁਤ ਸ਼ੁਕਰੀਆ ਰਮਜ਼ਾਨ ਭਾਈ।